ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜਾਣਕਾਰੀ ਟੀਵੀ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਛਲੇ ਕਈ ਦਿਨਾਂ ਤੋਂ ਮੌਸਮ ਦਾ ਮਿਜਾਜ ਬਦਲਿਆ ਹੋਇਆ ਹੈ। ਰੁਕ ਰੁਕ ਕੇ ਮੀਂਹ ਵੀ ਪੈ ਰਿਹਾ ਹੈ ਅਤੇ ਗੜੇਮਾਰੀ ਵੀ ਹੋਈ ਹੈ। ਬੀਤੀ ਰਾਤ ਸਥਾਨਕ ਸ਼ਹਿਰ ਅਤੇ ਇਲਾਕੇ ਅੰਦਰ ਜ਼ਿਆਦਾ ਤੇਜ਼ ਮੀਂਹ ਹੋਣ ਕਾਰਨ ਪੱਕਣ 'ਤੇ ਆਈ ਫਸਲ ਅਤੇ ਕਈ ਥਾਈਂ ਪੱਕੀ ਖੜ੍ਹੀ ਕਣਕ ਦੀ ਫਸਲ 'ਚ ਪਾਣੀ ਭਰ ਗਿਆ। ਫਸਲਾਂ ਬੁਰੀ ਤਰ੍ਹਾਂ ਵਿਛ ਗਈਆਂ। ਮੀਂਹ ਦੇ ਨਾਲ ਗੜੇਮਾਰੀ ਹੋਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ। ਕਿਸਾਨਾਂ ਦੇ ਇਸ ਹੋਏ ਨੁਕਸਾਨ ਕਰਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ 100% ਨੁਕਸਾਨੀ ਗਈ ਫਸਲ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਸਰਕਾਰ ਨੂੰ ਚਾਹੀਦਾ ਹੈ ਜਿਨ੍ਹਾਂ ਕਿਸਾਨਾਂ ਦੀ 100% ਨੁਕਸਾਨੀ ਫਸਲ ਨੁਕਸਾਨੀ ਗਈ ਹੈ, ਉਹਨਾਂ ਨੂੰ ਮੁਆਵਜ਼ਾ ਉਤਪਾਦਨ ਦਿੱਤਾ ਜਾਣਾ ਚਾਹੀਦਾ ਹੈ। ਵਹੀਂ ਸਰਸੋਂ ਕੀ ਫਸਲ ਕੋ ਕਾਫੀ ਨੁਕਸਾਨ ਹੁਆ ਹੈ। ਬਾਰਿਸ਼ ਸੇ ਸਬਜ਼ੀ ਉਤਪਾਦਕ ਕਿਸਾਨੋਂ ਕੋ ਭੀ ਨੁਕਸਾਨ ਪਹੁੰਚਾ ਹੈ। ਤੇਜ਼ ਹਵਾ ਚੱਲਨੇ ਸੇ ਆਮ ਔਰ ਲੀਚੀ ਕੋ ਭੀ ਨੁਕਸਾਨ ਪਹੁੰਚਾ ਹੈ। ਐਸੇ ਮੇਂ ਇਸ ਸਾਲ ਆਮ ਔਰ ਲੀਚੀ ਕੇ ਉਤਪਾਦਨ ਮੇਂ ਭੀ ਕਮੀ ਆਨੇ ਕੀ ਆਸ਼ੰਕਾ ਜਤਾਈ ਜਾ ਰਹੀ ਹੈ। ਵਹੀਂ ਬਾਰਿਸ਼ ਕੇ ਬਾਅਦ ਫਸਲੋਂ ਮੇਂ ਰੋਗ ਏਵਮ ਕੀਟ ਲਗਨੇ ਕਾ ਡਰ ਭੀ ਬੜ ਰਹਾ ਹੈ। ਕਿਸਾਨੋਂ ਕਾ ਕਹਿਣਾ ਹੈ ਕੀ ਬਾਰਿਸ਼ ਕੇ ਬਾਅਦ ਫਸਲ ਮੇਂ ਕਈ ਤਰ੍ਹਾਂ ਕੇ ਰੋਗ ਲਗਨੇ ਕੀ ਆਸ਼ੰਕਾ ਹੋਤੀ ਹੈ। ਐਸੇ ਮੇਂ ਓਲੇ ਬਾਰਿਸ਼ ਸੇ ਫਸਲੋਂ ਕੋ